ਪਠਾਨਕੋਟ ਸ਼ਹਿਰ 'ਚ ਵੱਧ ਰਹੀ ਅਵਾਰਾ ਪਸ਼ੂਆਂ ਦੀ ਸੰਖਿਆ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਦਰਅਸਲ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ, ਜਿਸ ਸੰਬੰਧ ਵਿੱਚ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਕੇ ਆਪਣੀ ਸਮੱਸਿਆ ਦੱਸੀ। ਉਹਨਾਂ ਦਾ ਕਹਿਣਾ ਹੈ ਕਿ ਗੋ ਸੈਸ ਐਕਟ ਕੱਟੇ ਜਾਣ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉੱਥੇ ਹੀ ਕਾਉਂਸਸ ਦੇ ਨਾਂ ਉੱਤੇ ਪੰਜਾਬ ਸਰਕਾਰ ਨੇ ਹਰ ਇੱਕ ਚੀਜ਼ ਦੇ ਉੱਤੇ ਕਾਉਂਸਸ ਲਾ ਕੇ ਇਸ ਵਾਸਤੇ ਪੈਸੇ ਇਕੱਠਾ ਕੀਤਾ ਸੀ ਕਿ ਜਿਹੜੀਆਂ ਅਸਹਾਏ ਔਰ ਅਵਾਰਾ ਪਸ਼ੂ ਘੁੰਮਦੇ ਨੇ ਉਹ ਗਾਈਆਂ ਦੀ ਸੁਰੱਖਿਆ ਕੀਤੀ ਜਾਏ, ਉਹਨਾਂ ਨੂੰ ਪੂਰਾ ਦਾਣਾ ਪਾਣੀ ਮਿਲੇ। ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨਾ ਕਾਉਂਸਸ ਇਕੱਠਾ ਹੋਣ ਦੇ ਬਾਵਜੂਦ ਵੀ ਪਠਾਨਕੋਟ ਦਾ ਇਹ ਆਲਮ ਹੈ ਕਿ ਪਿਛਲੇ ਦਿਨੀ 5 ਗਾਈਆਂ ਇੱਕੋ ਦਿਨ ਜਿਹੜੀਆਂ ਉਹ ਮਰੀਆਂ ਨੇ, ਜਿਹਦਾ ਅਜੇ ਤੱਕ ਕਿਸੇ ਤਰੀਕੇ ਦਾ ਵੀ ਕੋਈ ਜਿਹੜਾ ਪ੍ਰਗਟਾਵਾ ਉਹ ਪ੍ਰਸ਼ਾਸਨ ਦੁਆਰਾ ਨਹੀਂ ਕੀਤਾ ਗਿਆ। ਜਦਕਿ ਅਸੀਂ 5 ਦੇ ਉੱਤੇ ਕਿਹਾ ਸੀ ਕਿ ਉਹਨਾਂ ਦਾ ਪੋਸਟਮਾਰਟਮ ਕਰਾਇਆ ਜਾਵੇ, ਉਹਨਾਂ ਦੀ ਮੌਤ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ। ਪਠਾਨਕੋਟ ਸ਼ਹਿਰ ਦੇ ਵਿੱਚ ਅਮੂਮਨ ਹੀ ਹਰ ਜਥੇਬੰਦੀ ਜਿਹੜੀ ਆ ਹਿੰਦੂ ਧਰਮ ਨੂੰ ਬਿਲੋਂਗ ਕਰਦੀ ਹੈ ਉਹ ਇਸ ਮੁੱਦੇ ਨੂੰ ਚੁੱਕਦੀ ਹੈ, ਲੇਕਿਨ ਕੋਈ ਵੀ ਨਤੀਜੇ ਨਹੀਂ ਨਿਕਲਦੇ ਹੈ। ਔਰ ਹੁਣ ਤਾਂ ਇਹ ਆਲਮ ਹੈ ਕਿ ਜਿਹੜਾ ਇੱਕ ਨਾਮ ਮਾਤਰ ਬਣਿਆ ਪੌਂਡ ਜਿਹੜਾ ਕੈਟਲ ਪੌਂਡ ਬਣਿਆ ਉਹਦੇ ਵਿੱਚ ਜਿਹੜੀ ਆ ਗਾਈਆਂ ਨੇ ਉਹਨਾਂ ਦੀ ਕੋਈ ਦੇਖ ਰੇਖ ਨਹੀਂ ਹੈ, ਉਹਨਾਂ ਦੇ ਚਾਰਜ ਦੀ ਕੋਈ ਵਿਵਸਥਾ ਨਹੀਂ ਹੈ। ਇੰਨੇ ਪੈਸੇ ਇਕੱਠੇ ਹੋਣ ਦੇ ਬਾਵਜੂਦ ਉਹ ਪੈਸਾ ਕਿੱਥੇ ਜਾਂਦਾ ਹੈ ਇਹ ਦੱਸਣ ਵਾਸਤੇ ਕੋਈ ਵੀ ਅਧਿਕਾਰੀ ਜਿਹੜਾ ਉਹ ਤਿਆਰ ਨਹੀਂ ਹੈ। ਸ਼ਿਵ ਸੈਨਾ ਸਮਾਜਵਾਦੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਜਿਹੜੀਆਂ ਗਾਈਆਂ ਅਸਹਾਏ ਔਰ ਲਾਚਾਰ ਹਾਲਤ ਦੇ ਵਿੱਚ ਪਠਾਨਕੋਟ 'ਚ ਘੁੰਮ ਰਹੀਆਂ ਨੇ ਉਹਨਾਂ ਨੂੰ ਸਹੀ ਜਗ੍ਹਾ 'ਤੇ ਰੱਖਿਆ ਜਾਵੇ, ਔਰ ਜਿਹੜਾ ਕਾਓ ਐਕਟ ਦੇ ਨਾਂ ਦੇ ਉੱਤੇ ਸਰਕਾਰ ਪੈਸਾ ਇਕੱਠਾ ਕਰ ਰਹੀ ਹੈ ਉਹ ਉਹਨਾਂ 'ਤੇ ਹੀ ਪ੍ਰਯੋਗ ਕੀਤਾ ਜਾਵੇ। ਸਰ ਮੈਂ ਕਾਫੀ ਸਮੇਂ ਤੋਂ ਪਠਾਨਕੋਟ ਦੇ ਵਿੱਚ ਦੇਖ ਰਿਹਾ ਕਿ ਜੋ ਨੰਦੀਕਾਨ ਅਤੇ ਗਊ ਮਾਤਾ ਹੈ ਉਹ ਅਵਾਰਾ ਪਸ਼ੂ ਜਿਹੜੇ ਸ਼ਹਿਰ ਦੇ ਵਿੱਚ ਫਿਰ ਰਹੇ ਨੇ, ਸਰ ਉਹ ਪੋਲੋਥੀਨ ਖਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ। ਸਰ ਹੁਣ ਗਰਮੀਆਂ ਦਾ ਸੀਜ਼ਨ ਆ ਗਿਆ, ਜਿਸ ਤਰ੍ਹਾਂ ਹਾਲਾਤ ਸਾਡੇ ਪਠਾਨਕੋਟ ਦੇ ਵਿੱਚ ਬਣੇ ਹੋਏ ਨੇ ਇਹਦੇ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਹੈ ਅਤੇ ਪਸ਼ੂਆਂ ਨੂੰ ਵੀ ਪਰੇਸ਼ਾਨੀ ਹੈ। ਉਧਰ ਦੂਜੇ ਪਾਸੇ ਜਦ ਇਸ ਬਾਬਤ ਪਠਾਨਕੋਟ ਦੇ ਮੇਅਰ ਅਨਿਲ ਵਾਸੂਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੀ ਗੱਲ ਸਪਸ਼ਟ ਕੀਤੀ। ਅਵਾਰਾ ਪਸ਼ੂਆਂ ਦੇ ਬਾਰੇ ਦੇ ਵਿੱਚ ਮੇਰੇ ਨਾਲ ਤੁਸੀਂ ਗੱਲ ਕੀਤੀ ਹੈ, ਇਹ ਪਠਾਨਕੋਟ ਲਈ ਬੜੀ ਸੰਗੀਨ ਸਮੱਸਿਆ ਹੈ। ਕਾਰਪੋਰੇਸ਼ਨ ਇਹਦੇ ਬਾਰੇ ਦੇ ਵਿੱਚ ਬੜੀ ਚਿੰਤਿਤ ਵੀ ਹੈਗੀ ਹੈ। ਸਾਡੀ ਉਹਦੇ ਵਿੱਚ ਜਿਹੜੀ ਡਿਊਟੀ, ਇੱਕ ਕੈਟਲ ਪੌਂਡ ਸੁਸਾਇਟੀ ਬਣੀ ਹੈ ਜਿਹਦਾ ਚੇਅਰਮੈਨ DC ਹੁੰਦਾ, ਉਸ ਸੁਸਾਇਟੀ ਨੇ ਉੱਥੇ ਰੱਖ ਰਖਾਵ ਦੇ ਲਈ ਪੈਸੇ ਖਰਚ ਕਰਨੇ ਹੁੰਦੇ ਆ। ਪੈਸੇ ਦੇਣ ਦਾ ਜ਼ਿੰਮਾ ਜਿਹੜਾ ਹੈਗਾ ਉਹ ਕਾਰਪੋਰੇਸ਼ਨ ਦਾ ਹੈਗਾ। ਸਾਡੇ ਕੋਲ ਕਲੈਕਸ਼ਨ ਹੁੰਦੀ ਹੈ ਕੁਛ ਚੀਜ਼ਾਂ ਦੇ ਉੱਪਰ ਜਿਹਦੇ ਉੱਪਰ ਲੱਗਾ ਹੈ ਕਾਓਸੈਸ, ਮੈਨੂੰ ਲੱਗਦਾ ਹੈਗਾ ਕਿ ਵੀ 7-8 ਲੱਖ ਰੁਪਇਆ ਸ਼ਾਇਦ ਇਕੱਠਾ ਇਹਦੇ ਵਿੱਚ ਹੁੰਦਾ ਵੀ ਹੋਗਾ, ਇਹਦੇ ਆਸ ਪਾਸ ਹੁੰਦਾ ਹੋਏਗਾ, ਮੈਨੂੰ ਠੀਕ ਫਿਕਰ ਦਾ ਧਿਆਨ ਨਹੀਂ ਹੈਗਾ। ਲੇਕਿਨ ਬਿੱਲ ਜਿਹੜਾ ਰੇਜ਼ ਕਰਨਾ ਹੁੰਦਾ ਉਹ ADC D ਇਹਦਾ ਨੋਡਲ ਆਫਿਸਰ ਹੁੰਦਾ, ਉਹ ਬਿੱਲ ਰੇਜ਼ ਕਰਦਾ। ਜਿੰਨਾ ਬਿੱਲ ਰੇਜ਼ ਕਰਦਾ ਉਹ ਆਡਿਟ ਹੋਣ ਤੋਂ ਬਾਅਦ, ਸਾਰੀ ਗੱਲਾਂ ਹੋਣ ਤੋਂ ਬਾਅਦ ਕਮਿਸ਼ਨਰ ਸਾਹਿਬ ਉਹਦਾ ਕਾਓਸੈਸ ਅਤੇ ਉਹਦਾ ਚੈੱਕ ਉਹਦਾ ਕੱਟਦੇ ਹੈਗੇ ਜਿਹੜਾ ਉਹਦੇ 'ਤੇ ਖਰਚ ਕੀਤਾ ਜਾਂਦਾ। ਲੇਕਿਨ ਸਾਡੇ ਕੋਲ ਇਹਦੇ ਰੱਖ ਰਖਾਵ ਲਈ ਕੋਈ ਪੈਸਾ ਨਹੀਂ ਹੁੰਦਾ। ਕੈਟਲ ਪੌਂਡ ਸੁਸਾਇਟੀ ਨੇ ਕੁਝ ਦਿਨ ਪਹਿਲਾਂ ਇਹਦੇ ਜਿਹੜੀ ਦਿੱਕਤ ਆ ਰਹੀ ਸੀ ਸ਼ਹਿਰ ਦੇ ਵਿੱਚ, ਅਵਾਰਾ ਪਸ਼ੂਆਂ ਦਾ ਬੜੀ ਬਰਮਾਰ ਸੀਗੀ, ਉਹ ਇਸ ਕਾਰਨ ਸੀਗੀ ਕਿ ਉਹਦੀ ਬਾਉਂਡਰੀ ਵਾਲ ਟੁੱਟ ਗਈ ਸੀ। ਬਾਉਂਡਰੀ ਵਾਲ ਠੀਕ ਕਰਨ ਲਈ ਇਹਨਾਂ ਨੂੰ ਪੈਸੇ ਨਹੀਂ ਸੀ। ਫਿਰ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕੀਮਤੀ ਭਗਤ ਜੀ ਪਠਾਨਕੋਟ ਆਏ, ਉਹਨਾਂ ਦੀ ਬੈਠਕ ਦੇ ਵਿੱਚ ਮੈਂ ਵੀ ਸ਼ਾਮਿਲ ਸੀ। ਅਸੀਂ ਉਹਨਾਂ ਨੂੰ ਇਹ ਸਮੱਸਿਆ ਦੱਸੀ ਕਿਉਂਕਿ DC ਸਾਹਿਬ ਕੋਲ ਇਸ ਖਾਤੇ ਦੇ ਵਿੱਚ ਪੈਸੇ ਨਹੀਂ ਸੀ ਰੱਖ ਰਖਾਵ ਲਈ। ਉਹਨਾਂ ਨੇ ਕਿਹਾ ਕਿ ਇੱਕ ਤੁਹਾਡੇ ਕੋਲ ਇਸ ਸਾਈਡ ਦੇ ਵਿੱਚ ਪੈਸੇ, ਉਹ ਇਹਦੇ 'ਚ ਖਰਚ ਕਰ ਲਓ, ਔਰ ਉਸ ਕਾਰਨ ਉਹਨਾਂ ਨੇ ਬਾਉਂਡਰੀ ਵਾਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੋਇਆ। ਬਾਉਂਡਰੀ ਵਾਲ ਦੀ ਉਸਾਰੀ ਪੂਰੀ ਹੁੰਦੇ ਹੀ ਸਾਰੇ ਪਸ਼ੂ ਉੱਥੇ ਸ਼ਿਫਟ ਕਰਨ ਦਾ ਕੰਮ ਦੁਬਾਰਾ ਸ਼ੁਰੂ ਹੋ ਜਾਏਗਾ, ਸਾਡਾ ਸਭ ਕੁਝ ਲੱਗਾ ਹੋਇਆ। ਲੇਕਿਨ ਐਸਾ ਲੱਗਦਾ ਸੀ ਕਿ ਉਹਨਾਂ ਨੂੰ ਅੱਜ ਸ਼ਿਫਟ ਕਰਦੇ ਹਾਂ, ਉਹ ਹਫ਼ਤੇ 10 ਦਿਨ ਬਾਅਦ ਫਿਰ ਮੁੜ ਆਉਂਦੇ ਆ, ਇਹਦੇ ਨਾਲ ਪੈਸਿਆਂ ਦਾ ਨੁਕਸਾਨ ਹੋਏਗਾ। ਇਸ ਕਾਰਨ ਇਸ ਕੰਮ ਨੂੰ ਜਿਹੜਾ ਹੈਗਾ ਸ਼ੁਰੂ ਨਹੀਂ ਸੀ ਕੀਤਾ ਗਿਆ। ਲੇਕਿਨ ਇਸ ਸਾਈਡ ਦੇ ਵਿੱਚ ਜਿਹੜੇ ਪੈਸੇ ਹੈ ਉਹ ਪੂਰੀ ਤਨਦੇਹੀ ਦੇ ਨਾਲ, ਇਮਾਨਦਾਰੀ ਦੇ ਨਾਲ ਉੱਥੇ ਹੀ ਖਰਚ ਹੁੰਦੇ ਜਿਹੜੀ ਕੈਟਲ ਪੌਂਡ ਸੁਸਾਇਟੀ ਜਿਸ ਗੱਲ ਦਾ ਬਿੱਲ ਰੇਜ਼ ਕਰਦੀ ਹੈ, ਔਰ ਉਹ ਬਿੱਲ ਉਸ ਗੱਲ ਦਾ ਰੇਜ਼ ਕਰਦੀ ਹੈ ਜਿੰਨੇ ਪਸ਼ੂ ਉੱਥੇ ਹੁੰਦੇ ਆ।
ਕਿੰਨੇ ਹੁੰਦੇ ਆ ਉਹਦੀ ਜਾਣਕਾਰੀ ਜਿਹੜੀ ਹੈ ਵੀ ਉਹਨਾਂ ਨੂੰ ਰਹਿੰਦੀ ਹੈ, ਔਰ ਕਿਸ ਰੇਟ ਦੇ ਨਾਲ ਕਰਨੇ ਆ ਉਹ ਸਾਰੀ ਗੱਲ ਜਿਹੜੀ ਹੈਗੀ ਹਾਊਸ ਨੇ ਪਾਸ ਕੀਤੀ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ।